ਪਿੰਡ ਦੇ ਲੋਕਲ ਬਸ਼ਿੰਦੇ ਆ ਕਿ ਪਾਕਿਸਤਾਨ ਆਏ? ਪਾਕਿਸਤਾਨ ਨੂੰ ਆਏ ਆ। ਤਹਿਸੀਲ ਪਸਰੂਰ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅੱਛਾ ਜੀ। ਥਾਣਾ ਕਿਲਾ ਸੁਭ ਸਿੰਘ ਦਾ। ਹਾਂ। ਤੇ ਪਿੰਡ? ਪਿੰਡ ਭਾਗ, ਭਾਗ ਪਿੰਡ। ਹਾਂ। ਪਸਰੂਰ, ਜ਼ਿਲ੍ਹਾ ਸਿਆਲਕੋਟ। ਆਹੋ ਆਹੋ। ਥਾਣਾ ਕਿਲਾ ਸੁਭ ਸਿੰਘ ਦਾ। ਹਾਂ। ਆਹੋ ਆਹੋ। ਪਿੰਡ ਭਾਗ, ਭਾਗ ਪਿੰਡ। ਹਾਂ। ਆਹੋ। ਖੂਹੇ ਵਿੱਚ ਪਾਣੀ ਭਰਿੰਦੀ ਹੈ ਮਠਿਆਰੇ ਨੇ, ਪਾਣੀ ਦਾ ਘੁੱਟ ਪਿਲਾ ਦੇ ਬਾਕੀ ਨਾਲੇ ਨੇ। ਉਹਨੇ ਫਿਰ ਆਖਿਆ ਆਪਣਾ ਕੱਢਿਆ ਨਹੀਂ ਉਹ ਦੇਣ ਉਹਨਾਂ ਨੂੰ ਲੜਾਈ ਆਵੇ, ਐਦਾ ਘੜਾ ਤੇ ਕੱਢ ਕੇ ਪੀ ਲੈ ਜਾਂਦੇ ਲੜਾਈ ਆਵੇ। ਉਹਨੇ ਲਓ ਜੀ ਦੋਸਤੋ, ਇਹ ਪਿੰਡ ਹੈਗਾ ਭਾਗ, ਜਿਹੜਾ ਕਿ ਸਰਦਾਰ ਸਾਹਿਬ ਨੇ ਦੱਸਿਆ। ਇਹ ਬਿਲਕੁਲ ਡੇਕ ਦੇ ਕੰਢੇ 'ਤੇ ਪਿੰਡ ਹੈਗਾ ਭਾਗ। ਵੇਖੋ ਜੀ ਕਿਆ ਖੂਬਸੂਰਤ ਨਜ਼ਾਰਾ ਪਿੰਡ ਭਾਗ। ਬਜ਼ੁਰਗੋ ਵੇਖ ਲਓ, ਜਿਹੜਾ ਜਿਹੜਾ ਵੀ ਭਾਗ ਪਿੰਡ ਦਾ ਹੈਗਾ ਸੀ, ਉਹ ਸਿੱਖ ਸਰਦਾਰ ਜਾਂ ਕਿਸੇ ਹੋਰ ਧਰਮ ਨਾਲ ਉਹਦਾ ਤਲਕ ਸੀ। ਅਤੇ ਇਹ ਜੇ ਤੁਹਾਡਾ ਪਿੰਡ ਭਾਗ ਡੇਕ ਦੇ ਕਿਨਾਰੇ 'ਤੇ, ਇੱਕ ਸਾਈਡ 'ਤੇ ਡੇਕ ਅਤੇ ਦੂਜੇ ਪਾਸੇ ਕਿਲ੍ਹਾ ਸੋਭਾ ਸਿੰਘ। ਇਹ ਮੈਂ ਬੰਨ 'ਤੇ ਖਲੋਤਾਂ ਅਤੇ ਇਹ ਸਾਰਾ ਇਲਾਕਾ ਜਿਹੜਾ ਨਾ ਇਹ ਡੇਕ ਦਾ, ਨਾਲਾ ਡੇਕ। ਇਹ ਛੱਪੜ ਮੱਝਾਂ ਨਹਾ ਰਹੀਆਂ ਨੇ ਵਿੱਚ, ਢਾਰੇ ਬਣੇ ਨੇ। ਪਿੰਡ ਭਾਗ, ਤਹਿਸੀਲ ਪਸਰੂ, ਜ਼ਿਲ੍ਹਾ ਸਿਆਲਕੋਟ। ਜਨਾਬ ਸਾਰੇ ਮਕਾਨ ਹੁਣ ਨਵੇਂ ਬਣ ਚੁੱਕੇ ਨੇ, ਕੋਈ ਸਿੱਖ ਦੌਰ ਦਾ ਮਕਾਨ ਨਹੀਂ ਹੈਗਾ। ਤੇ ਤੁਹਾਡਾ ਕੀ ਨਾਮ ਹੈ? ਮੁਹੰਮਦ ਅਨਵਰ ਤੇ ਬਾਲੋ ਸਾਹਿਬ ਤੁਹਾਡੇ ਨਾਂ ਸੀ? ਨਵਾਬਦੀਨ। ਤੇ ਤੁਸੀਂ ਜੰਪਲ ਇੱਥੋਂ ਦੀ? ਅੱਛਾ, ਤੁਸੀਂ ਮਹਾਜਨ? ਨਹੀਂ ਠੀਕ ਹੈ। ਉਹ ਜਿਹੜਾ ਦੱਸਿਆ ਨਾ ਤੈਨੂੰ, ਉਹ ਜਲਦੀ ਨਹੀਂ ਲੈਣੇ ਸੀ ਪਿੰਡ ਸੀ, ਦਲੀਪ ਸਿੰਘ ਹੋਰੀ ਆਹੋ ਉਹਨਾਂ ਦਾ ਮਾਲ ਸੀ ਪਹਾੜ ਪਾਸੇ। ਅੱਛਾ ਪਿੰਡੋ ਠੀਕ ਹੈ। ਇਹ ਨੌ ਨਵੇਂ ਪਿੰਡ ਭਾਗ ਪਟਵਾਰੀਆਂ ਦੇ ਕਾਗਜ਼ਾਂ ਨੌ ਪਿੰਡ ਖਵਾਉਂਦਾ, ਵੱਡਾ ਪਿੰਡ ਸੀਗੇ। ਆਹਾਂ, ਇਹਦਾ ਅੱਬਾ ਵੀ ਲੰਬੜਦਾਰ ਹੁੰਦਾ ਸੀ ਇਹਨਾਂ ਦਾ, ਖੇੜਾ ਸਿੰਘ। ਆਹੋ, ਨੌ ਲੰਬੜਦਾਰ ਸਨ। ਆਹੋ ਵੀ ਹੋਏਗਾ, ਉਹ ਮਾਲ ਦਾ ਹੋਣਾ ਹੈ, ਉਹ ਮੇਰੇ ਸੰਭਾਲੋ ਕਿਸੇ। ਅੱਛਾ, ਆਹੋ ਗੇ ਸਮੇ ਨਾਲ ਪਿਆ ਤੇ ਉਹ ਇੱਥੋਂ ਦੇ ਜੱਜੀ ਉਹ ਲੈਣ ਵਾਲੇ ਹਨ। ਅੱਛਾ ਅੱਛਾ ਜੀ, ਇੱਥੇ ਸਿੱਖਾਂ ਦੇ ਕਿੰਨਾ ਕੁ ਘਰ ਸਨ? ਇੱਥੇ ਛੋਟੇ ਘਰ ਸਨ, ਇੱਥੇ ਉਹ ਹੀ ਸਿੱਖ ਸਨ ਜਿਨ੍ਹਾਂ ਦਾ ਨਾਲ ਹੀ ਸਨ ਖੇੜਾ ਸਿੰਘ ਹੋਰੀ ਪਿੰਡਾ ਸਿੰਘ। ਆਹੋ, ਖੇੜਾ ਉਹਦਾ ਪਿਓ ਹੋਣਾ ਹੈ, ਦਾਦਾ ਜੀ। ਇਹ ਪਿੰਡਾ ਦਾ ਘਰ ਹਾਂ ਸੁਣਿਆ, ਪਿੱਛੋਂ ਨਹੀਂ ਪਤਾ ਸਾਨੂੰ। ਅਤੇ ਉਹ ਇਹਨਾਂ ਦਾ ਘਰ ਪਹਾੜ ਪਾਸੇ, ਇਹਨਾਂ ਦਾ ਮਾਲ ਆ, ਇਹ ਮਾਲ ਆ ਉਹ ਜੰਗਲ ਨਾਲ ਜਾ ਕੇ ਲੱਗਦਾ, ਉਹ ਜੰਗਲ ਇਹਨਾਂ ਦੇ ਮਾਲ 'ਚ ਪਿਆ। ਅੱਛਾ ਜਿਹੜਾ ਉਹ ਪਲਾ ਠੀਕ ਹੋ ਗਿਆ। ਹੈਂ, ਉਹ ਫਿਰ ਜਦੋਂ ਤੁਰ ਗਏ ਹਕੂਮਤ ਨੇ ਕਮਰਾ, ਫਿਰ ਹਕੂਮਤ ਰੱਖੇ ਜਿਹਾ ਲਾ ਲਿਆ। ਅਤੇ ਉਹ ਜੇ ਇੱਥੇ ਜਦੋਂ ਰਹਿੰਦੇ ਹੁੰਦੇ ਹਨ ਤਾਂ ਬੜੇ ਸਲੂਕ ਪਿਆਰ ਨਾਲ? ਬੱਲੇ ਉਹ ਜਿਹੀ ਗੱਲ ਹੀ ਕੋਈ, ਉਹਨੀ ਤਾਂ ਹੁਣ ਮੁਹੱਬਤ ਨਹੀਂ ਕਿਸੇ ਦੀ, ਉਹਨੀ ਤਾਂ ਗੱਲ ਹੀ ਕਿਸੇ। ਵਾਹ ਜੀ ਵਾਹ, ਇਸ ਲਈ ਉਹ ਵੀ ਯਾਦ ਕਰਦੇ ਨੇ? ਆਹੋ, ਇਹ ਜੁਗ ਅਸੀਂ ਯਾਦ, ਉਹ ਵੀ ਅਸੀਂ ਯਾਦ ਕਰਦੇ ਨੇ। ਵਕਤ ਚੰਗਾ ਗੁਜ਼ਰਿਆ ਹੈ। ਉਹ ਸਾਡੇ ਲੋਕਾਂ ਨੂੰ ਨਹੀਂ ਸੁਣਾ, ਗਾਈਂ ਬੱਛਾ ਕਰਦੇ ਨੇ, ਉਹਨੇ ਗਊਸ਼ਾਲਾ ਮਾਂ ਮਰੇ ਸੀ, ਦੁੱਧ ਬੱਚਾ ਪੀਂਦਾ, ਬੱਚਾ ਜਵਾਨ ਹੋਈ ਆ, ਉਹ ਸਾਡੇ ਮੁਸਲਮਾਨ ਕਰ ਲੈਂਦੇ ਹਨ ਦਾਦ ਪਲਾ ਕੇ। ਹੈਂ, ਆਹੋ ਲਾਹ। ਫਿਰ ਇਹ ਗੱਲ ਬੜੀ ਲੜਾਈ ਹੋਈ ਕਿ ਫਿਰ ਉਹ ਨਾ ਇਹਨੇ ਫੀ ਸੀ, ਇਹਨੇ ਫੀ ਤੋਂ ਨਹੀਂ ਆਹੀ ਪਾਣੀ ਪੀਂਦੇ ਇਸ ਪਿੰਡ 'ਚ। ਆਹੋ, ਆ ਪਾਸੇ ਪਹਾੜ ਪਾਸੇ ਸੁਣੀ ਗੱਲ ਹੀ। ਅਤੇ ਉਹ ਫਿਰ ਉੱਥੇ ਝਗੜਾ ਹੋ ਪਿਆ, ਅਤੇ ਉਹ ਸਾਡੇ ਬੰਦੇ ਲੋਕ ਕੌਂਡੀ ਹਨ, ਅਸੀਂ ਡੰਗਰ ਕਿਸੇ ਲਾਇਆ ਅਸੀਂ ਵੈਲ 'ਚ, ਉਹਨਾਂ ਕੀ ਕੀਤਾ ਉਹ ਡੰਡਾ ਪਾ ਦੇਣਾ, ਅਤੇ ਉਹਨੇ ਖੂਹ ਚੋਂ ਕਣਕੇ ਸੁੱਟ ਦਿੱਤਾ। ਹੈਂ, ਹੋਏ ਭਾਈਆ ਪਿੰਡ ਦੱਸ, ਉਹ ਫਿਰ ਬਚਾਅ ਹੋ ਗਿਆ। ਅੱਛਾ, ਲੜਾਈ ਹੋਈ ਲੇਕਿਨ ਬਚਤ ਹੋ ਬਚਾਅ ਹੋ ਗਿਆ। ਅਤੇ ਕਾਰ ਤਾਂ ਕਿਸੇ ਕੋਈ ਨਹੀਂ ਹੁੰਦੀ ਹੋਣੀ ਇਸ ਇਲਾਕੇ 'ਚ? ਮਾਂ ਜੀ ਆਉਣਾ, ਕਾਰ ਲੋਕਾਂ ਘੋੜੀਆਂ ਰੱਖੀਆਂ ਹੁੰਦੀਆਂ ਸਿੱਖਾਂ ਦੇ ਆਉਣ ਜਾਣ ਲਈ, ਜੇ ਜਾਣੀ ਵੀ ਜਾਣੀ ਘੋੜੀਆਂ ਦੇ ਆਉਣ ਜਾਣੀ, ਮੁਸਲਮਾਨਾਂ ਵੀ ਰੱਖੀਆਂ ਹਨ। ਅਤੇ ਲਾੜਾ ਵੀ ਕਾਰ 'ਚ ਪੈਂਦਾ ਹੁੰਦਾ ਕੋਈ ਘੋੜੀ? ਕੋਈ ਘੋੜੀ 'ਚ। ਅਤੇ ਘੋੜੀ ਚੰਗੀ ਸ਼ਿੰਗਾਰੀ ਹੋਣੀ ਕਿ ਨਾ? ਆਹੋ, ਜਾਣ ਬਾਅਦ ਲੋਕਾਂ ਸੋਚ ਰਹੇ ਹਨ ਕਿ ਅਤੇ ਡੋਲੀ ਕਿਸ ਤਰ੍ਹਾਂ ਆਉਣੀ?
ਉਹ ਡੋਲਾ ਉਹਨਾਂ ਰੱਖਿਆ ਸੀ ਉਹਨਾਂ ਮਾਸੀ ਲਿਆਉਂਦੇ ਮੁੰਡਿਆਂ ਧਰ ਕੇ ਅਤੇ ਪੈਸੇ ਲੈਂਦੇ ਹੁੰਦੇ ਨੇ ਲਾ ਲਓ ਪੈਸੇ ਨਾਲ ਰੋਟੀ ਚੰਗੀ ਖਵਾ ਲੈਣੀ ਖੰਡ ਕੇ ਔਖਾ ਲੈਣਾ ਅਤੇ ਚਾਚਾ ਜੇ ਦੂਰ ਜਾਣੀ ਹੈ ਜਾਣੀ ਉਹਨਾਂ ਦੇ ਲੱਕ ਤੋਂ ਨਹੀਂ ਟੁੱਟ ਜਾਂਦੇ ਉਹ ਬਾਰ ਚ ਵੀਹ ਪੋ ਪਿੰਡਾਂ ਕਰ ਛੱਡਦੇ ਹਨ ਅਤੇ ਥੱਕਦੇ ਨਹੀਂ ਜਾਣੇ ਵੱਲ ਨਹੀਂ ਦਿੰਦੇ ਜੇ ਵਹੁਟੀ 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 ਭਾਰੀ ਹੋਏ ਤਾਂ ਚਾਰ ਜਣ ਚੌਵਾਂ ਨੂੰ ਕਿਹਦੀ ਕਮਾਂ ਭਾਰੀ ਲੱਗ ਸਕਦੀ ਸੀ ਚਾਰ ਬੰਦੇ ਹੁੰਦੇ ਖੇ ਛੱਡਦੇ ਹਨ ਉਹ ਤਾਂ ਪਿੰਡ ਨੂੰ ਆਉਣ ਨੂੰ ਡਸੀਆਂ ਜਾਂਦੀਆਂ ਨੇ ਆਹੋ ਉੱਠ ਜਾਂਦੇ ਨੇ ਅਤੇ ਇਹਦਾ ਮਤਲਬ ਕਿ ਜ਼ਮਾਨਾ ਫਿਰ ਹੋਣੀ ਚੰਗਾ ਹਨ ਕਾਰਾਂ 'ਤੇ ਬਹਿ ਕੇ ਆਉਂਦੀ ਦੁਨੀਆ ਕਿ ਉਹ ਚੰਗਾ ਸੀ ਜ਼ਮਾਨਾ ਉਹ ਹੀ ਚੰਗਾ ਸੀ ਜ਼ਮਾਨਾ ਉਹ ਹੀ ਚੰਗਾ ਸੀ ਵਾਕਈ ਕੋਈ ਬਜ਼ੁਰਗ ਨਹੀਂ ਆਉਂਦਾ ਗਿਆ ਚੰਗਾ ਵਾਕਈ ਜ਼ਮਾਨਾ ਉਹ ਹੀ ਚੰਗਾ ਪੁੱਤਰ ਉਹ ਲੋਕ ਆਪਣੇ ਹਿੱਸਾ ਵਧਿਆ ਸਾ ਅੱਜ ਕੱਲ੍ਹ ਕਿਸੇ ਜਾਣਾ ਆਉਣਾ ਕਿਸੇ ਪਾਣੀ ਦਾ ਭਾਂਡਾ ਬਣਾਉਣਾ ਫਿਰ ਦੁੱਧ ਪਾਉਣਾ ਮਿੱਠਾ ਪਾਉਣਾ ਹੈਂ ਅਤੇ ਆਪਣਾ ਠੰਡਾ ਗਾ ਹੁਣ ਉਹ ਮਾਂ ਦੀ ਪੂਰੀ ਜਾਣ ਲਈ ਗਈ ਔਰ ਚਾਚਾ ਜੀ ਬੰਦੇ ਨੇ ਟੱਟਿਆਂ 'ਚ ਕੋਰ ਕਰਨੀ ਸਹੀ ਗੱਲ ਡੰਗ ਟਪਾਈ ਨਹੀਂ ਚਾਚਾ ਜੀ ਤੁਸੀਂ ਉਹਨੂੰ ਪੱਖਿਆਂ ਥਲੇ ਸੌਂਦੇ ਹੋ ਬਲਬ ਥਲੇ ਅਤੇ ਫਿਰ ਫੁੱਦੀ ਜਾਓ ਪੱਖੇ ਲਾ ਕੇ ਬਹਿ ਗਏ ਲੋਕਾਂ ਨੂੰ ਜਦੋਂ ਮੈਂ ਨਹਾ ਕੇ ਲਾਉਂਦਾ ਉਹ ਫਿਰ ਜੁੜ ਸਕਦਾ ਜੁੜ ਜਾਂਦਾ ਹਾਂਜੀ ਹੋਈ ਜਾ ਛਾਵੇਂ ਛੂਵੇਂ ਬਹਿਣਾ ਕਰਨਾ ਵੇਲੀਆਂ 'ਚ ਛਾਵੇਂ ਐਵੇਂ ਲੋਕ ਵਾਢੀ ਕਰ ਦਿੰਦੇ ਹੁਣ ਥੱਕਦੇ ਨਹੀਂ ਹੁੰਦੇ ਨਾ ਚਾਚਾ ਤੁਹਾਡਾ ਤਾਂ ਡੇਗਦਾ ਲੱਗ ਗਿਆ ਤੇ ਖੂਹ ਛੂ ਵੀ ਹੁੰਦੇ ਨੇ ਕਿ ਨਹੀਂ ਖੂਹ ਵੀ ਹੈ ਅੱਛਾ ਖੂਹ ਹੈ ਹਨ ਸਿੱਖਾਂ ਦੇ ਹੋਣੇ ਨੇ ਸਿੱਖਾਂ ਦੇ ਚੋਖੇ ਨੇ ਸਾਡੇ ਦੇ ਇੱਕ ਦੋ ਹਾਂ ਸਾਡੇ ਦਾਦੇ ਚ ਲਵਾਇਆ ਮੇਰਾ ਵਿਆਹ ਹੋਇਆ ਜੀ ਸਨ ਪੈਣ 'ਚ ਸਨ ਪੈਣ ਦੇ ਸਾਲ ਮਗਰ ਹੋਇਆ ਅੱਛਾ ਅੱਛਾ ਸਨ ਪੈਣ ਜੰਗ ਦਾ ਗੱਲ ਉਸ ਤੋਂ ਬਾਅਦ ਹਾਂ ਸਾਡੇ ਜੋ ਪਹਿਲਾਂ ਸਜਾਦੇ ਵਿਆਹ ਆ ਸਜਾਦੇ ਅਤੇ ਜਾਂਚ ਕਿੱਧਰ ਦੀ ਗਈ ਵਿੱਚ ਉਹਦੀ ਕਿ ਬਾਹਰੋਂ ਬਾਹਰ ਜਾਂਚ ਸਿੱਧੀ ਜਾਣੀ ਹੋਰ ਜਾਂਚ ਭਰੂਰ ਨੂੰ ਜਾਣੀ ਸੀ ਅੱਛਾ ਪੈਂਟ ਵਾਲਾ ਬੰਦਾ ਤੁਹਾਡੀ ਜਾਂਚ ਹੁੰਦਾ ਤੇ ਉਹਨੇ ਪੈਂਟ ਦੇ ਨਾ ਲੱਤ ਦੀ ਚਾਚਾ ਡੇਗ ਪੈਂਟ ਤੇ ਉੱਥੇ ਕਿਹੜਾ ਪਾਣੀ ਕਾਲੀ ਡੋਬਣਾ ਉਹਨੇ ਮੁੰਡਿਆਂ ਨੂੰ ਚੁੱਕ ਲੈਣਾ ਸੀ ਬੰਦਾ ਹੈ ਪੈਂਟ ਵਾਲਾ ਕਿ ਨਹੀਂ ਕੋਈ ਨਾ ਉਦੋਂ ਪੈਂਟਾਂ ਪੈਂਟਾਂ ਕੋਈ ਸਾਦਾ ਜ਼ਮਾਨਾ ਸੀ ਤੇ ਡੋਲੀ ਤੇ ਆਈ ਫਿਰ ਲੋਕ ਚੁੱਕ ਵੀ ਲੈਂਦੇ ਹਨ ਆਹੋ ਇਹ ਕਿਹੜੀ ਗੱਲ ਹੈ ਭਰਾ ਵੀਰ ਨੂੰ ਨਹੀਂ ਪਰ ਨੂੰ ਚੁੱਕ ਲੂੰਗਾ ਹਰ ਦਿਨ ਅਤੇ ਵਾ ਤੁਸੀਂ ਘੋੜੀ 'ਤੇ ਗਏ ਹੋ ਕਿ ਪੈਦਲ ਹੀ ਘੋੜੀ ਸੀ ਮੇਰੇ ਸਾਹਿਬ ਲਾੜੀ ਦੀ ਘੋੜੀ ਹੋਣੀ ਹੈ ਹਾਂ ਅਤੇ ਉਹ ਕੋਈ ਨਹੀਂ ਸੀ ਡਾ ਪਰਵਾਹ ਨਾ ਕਿਸੇ ਨੂੰ ਫਿਕਰ ਸੀ ਪੈਸੇ ਵਾੜੀ ਜਾਵਾਂਗੇ ਕਿਸੇ ਦੀ ਚਾਰੇ ਬੰਦੇ ਨੇ ਕੋਈ ਹਰੀ ਹੋਏ ਨਹੀਂ ਆਇਆ ਲੋਕ ਤਾਂ ਪੰਜ ਵਿੱਚ ਬਹਿ ਲੰਘ ਜਾਂਦੇ ਸਨ ਅਤੇ ਜਾਂ ਬਹਿਰਜਾਲ ਜਾਂਦੇ ਹੁੰਦੇ ਸੀ ਕਿ ਘਰਾਂ 'ਚ ਕਿਤੇ ਘਰਾਂ 'ਚ ਮਹਿਰਜਾਲ 'ਚ ਹੁਣ ਮਾਂ ਜੀ ਹੋਣੇ ਆਏ ਆ ਉਹ ਲੋਕ ਬਿਠਾ ਕੇ ਜੋੜੀ ਜੋੜੀ ਬਿਠਾਲਦੇ ਹਨ ਚੌਲ ਬਾਲ ਲੈਣੇ ਖੰਡ ਪੀ ਲੈਣੀ ਖਰਾਸਾਂ 'ਚ ਅਤੇ ਘਿਓ ਦੇ ਪੀਪੇ ਭਰੇ ਹੋਣੇ ਜੋੜੀ ਜਗ੍ਹਾ ਬੁੱਕ ਬੁੱਕ ਚੌਲ ਪਾ ਬੁੱਕ ਬੁੱਕ ਚੌਲ ਮਾਂ ਜਾਣਾ ਖੰਡ ਪਾਣੀ ਉਸਦੇ ਦੋਦੋ ਕੋਲ ਘਿਓ ਪਾਉਣਾ ਬੰਦਿਆਂ ਕਈਆਂ ਦੇ ਰਜਣਾ ਹੀ ਨਾ ਜਿਹੜੇ ਖਾਣ ਕੇ ਜੇ ਹਨ ਜੂ ਜੁੜਨਾ ਸਾਡੇ ਪਿਓ ਵਾਲੇ ਨੇ 4 ਕਿਲੋ 5 ਕਿਲੋ ਖਾ ਗਿਆ ਕੱਲ੍ਹ ਆਏ ਇਹਨਾਂ ਉਹਨੂੰ ਹਬੇ ਖਾਣ ਦੇ ਅਤੇ ਮੇਰੇ ਘਰ ਦਾ ਹੀ ਮਰ ਕੇ ਕੱਲ੍ਹ ਵੀ ਉਹਦਾ ਕੋਈ ਬੜਾ ਨਹੀਂ ਸੀ ਅਤੇ ਚਿਕਨ ਰੋਸਟ ਨਹੀਂ ਹੁੰਦਾ ਉਦੋਂ ਹੈਂ ਚਿਕਨ ਜਿਹੜਾ ਰੋਸਟ ਕਰਦੇ ਨੇ ਇਹ ਕੋਈ ਨਹੀਂ ਉਹਦਾ ਮਾਂ ਦੀ ਫੁਲੀ ਖਾਣਾ ਬੜਾ ਹੁੰਦਾ ਕਿਸੇ ਗੋਸ਼ਤ ਕਰ ਲੈਣਾ ਜਾਂ ਬੱਕਰੇ ਦਾ ਅਤੇ ਛੋਲਾ ਰੋਟੀ ਦਾਲ ਪਕਾ ਲੈਣੀ ਦਾਲ ਪਕਾ ਲੈਣੀ ਜਾਂ ਗੋਸ਼ਤ ਰੋਟੀ ਖਾ ਲੈਣੀ ਅਤੇ ਸਲਾਦ ਸਲੂਦ ਨਹੀਂ ਆ ਮਾਂ ਜਿਹੜਾ ਬੜਾ ਫੜਾ ਜਿਹੜੇ ਨੇ ਨਾ ਆਹ ਸਲਾਦ ਆ ਗਏ ਜਾਂ ਪਕੌੜੇ ਆ ਗਏ ਜਾਂ ਸਮੋਸੇ ਮਾਂ ਆਲੂ ਕੁੱਟੇ ਮੈਂ ਅਜੇ ਵੀ ਨਹੀਂ ਸਮੋਸਾ ਖਾਂਦਾ ਮੈਨੂੰ ਪਚਦਾ ਹੀ ਨਹੀਂ ਮੈਂ ਖਾ ਰਹਾ ਚੰਨ ਚੁੱਕ ਲਈ ਮੈਂ ਵੀ ਖਾਧਾ ਜੀ ਨਹੀਂ ਇਹ ਆਲੂ ਕੁੱਟਿਆ ਹੀ ਕੀ ਹੁੰਦਾ ਨਹੀਂ ਹੁਣ ਤੁਸੀਂ ਜੱਜੇ ਜਾਂਦੇ ਹੋ ਅੱਜ ਕੱਲ੍ਹ ਦੀਆਂ ਜੱਜਾਂ ਤੇ ਮੈਂ ਉੱਥੇ ਬੜਾ ਕੁਝ ਪਿਆ ਹੁੰਦਾ ਬੱਲੇ ਬੱਲੇ ਅਤੇ ਖਾਂਦੇ ਸਾਰਾ ਕੁਝ ਨਾ ਇੱਕੋ ਹੀ ਖਾਣਾ ਮੈਂ ਰੋਟੀ ਖਾਧੀ ਚੌਲ ਖਾ ਲਈ ਅਤੇ ਜਿਹੜਾ ਰਸ਼ੀਅਨ ਸੈਲਡ ਹੁੰਦਾ ਉਹ ਬਸ ਬਾਹਰ ਨਹੀਂ ਆਉਂਦੇ ਤੇਰੇ ਬੰਦੇ ਹੋਰ ਅਗਲੇ ਜਮਾਈਏ ਦੇ ਬੰਦਾ ਮਰ ਗਿਆ ਸਾਡੇ ਬਾਈ ਸੀ ਉਹ ਜਦੋਂ ਵਿਆਹ ਲੰਘ ਗਿਆ ਨਾ ਮੇਰੇ ਪੁੱਤਰ ਦੇ ਸਾਲੇ ਦਾ ਵਿਆਹ ਸੀ ਉਹ ਉਸ ਰੋਟੀ ਖਾਧੀ ਕਿਲੇ ਉਹਨੇ ਮੈਂ ਤੇ ਮੈਂ ਕਿਹਾ ਉਹ ਬੰਦਾ ਕੌਣ ਹੈ ਉਹ ਸਾਡੀ ਉਹ ਧੀ ਲੱਗ ਗਈ ਉਹਨੇ ਸਰੀਰ ਦਾ ਜਵਾਈ ਹੈ ਮੈਂ ਕਿਹਾ ਬਈ ਮੈਂ ਉਹਨੂੰ ਅੱਜ ਵੇਖਿਆ ਇਹਦੀ ਰੋਟੀ ਬੰਦਾ ਮੈਂ ਖਾਣਾ ਵੇਖਿਆ ਜੁੜ ਗਿਆ ਚੰਗਾ ਮੈਂ ਨਾ ਸਾਰੇ ਲੋਕ ਖਾ ਸਕਦਾ ਜੀ ਖਾਣ ਦਿਆ ਅਤੇ ਤੂੰ ਆਖਣਾ ਨਾ ਕਿ ਬਸ ਕਰ ਮੈਂ ਕਾਹਦੀ ਆਖਣਾ ਮੇਰਾ ਕਿਹੜਾ ਖਰਚਾ ਹੋਇਆ ਮੈਂ ਗੱਲ ਪਵਾ ਲੈਂਦਾ ਹੈਂ
ਮੈਂ ਲੜਾਈ ਨਾ ਮੈਂ ਆਪੇ ਉਸ ਮੁੰਡੇ ਨੂੰ ਰੋਟੀ ਪਕਵਾਈ ਉਹ ਮੈਨੂੰ ਕੁਝ ਹੋ ਗਿਆ ਸੀ ਨੁਕਸ ਮਾਰ ਜਾਣਾ ਸਾਡੀ ਲੱਗ ਗਈ ਐਸਾ ਭਰ ਗਿਆ ਉਹ ਕਿਤੇ ਤਸਵੀਰ ਦਾ ਖਤਮ ਸੀ ਉਹ ਪਤਾ ਨਹੀਂ ਲੱਗਾ ਕਿਸੇ ਮਚੌਲਾ ਨਾਲ ਸਾੜੀ ਪਾਉਣੀ ਉਹ ਕਿਸੇ ਚੜ ਗਈ ਜਾਂਦਾ ਠੁੱਕ ਗਿਆ ਸਾਹ ਸਹੀ ਹੁੰਦਾ ਸੀ ਪਾਣੀ ਚਾਹ ਚ ਪੀ ਲੈਂਦਾ ਸਿਰ ਪਾਣੀ ਸਿਰ ਪੀ ਲੈਂਦਾ ਰੋਟੀ ਨਹੀਂ ਲੱਗਦੀ ਉਹ ਅਸਾਂ ਮੋਟੀ ਉਹ ਛੇਮਣ ਗੋਸ਼ਤ ਸੀ ਮੋਟਾ ਕੋਈ ਛੇਮਣ ਮੁਰਗਾ ਸੀ ਪਹਿਲਾਂ ਤੇਰਾ ਮਣ ਮਾਲ ਸੀ ਆਹ ਜਿਹੜਾ ਇਹਦੇ ਪਾਸੇ ਚੱਲ ਯਾਰ ਕਰਿਓ ਸਿਰਕ ਦੇ ਨਾਲ ਇੱਥੇ ਉਹ ਮੈਂ ਹਾਂ ਸਾਡੇ ਤੇ ਜੀਵ ਲਿਆ ਆਉਣਾ ਕਿਹੜਾ ਜ਼ੋਰ ਲਾ ਕੇ ਜਾਇਓ ਬਾਈ ਦੌੜ ਲਾ ਲਓ ਫਸਲ ਫੜਕ ਨਾ ਚੜਿਓ ਵੱਲੋਂ ਮੁੰਡੇ ਆਖਿਆ ਨਹੀਂ ਆਪਣਾ ਟਿਰ ਲਾ ਕੇ ਜਾਇਓ ਲੱਗਾ ਫਿਰ ਉਹ ਘਿਓ ਨੇ ਉਹ ਆਖਿਆ ਮੈਂ ਮਾਇਓ ਕੀ ਉਹ ਅਸੀਂ ਗੁੜ ਤੇ ਹਰਾਬ ਵੀ ਨਹੀਂ ਛੱਡਿਆ ਹੈਂ ਮਿੱਠਾ 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 ਹੀ ਤੇ ਛੱਡਦੇ ਸੀ ਤੇ ਉਹ ਜੀ ਮਾਇਓ ਜੀ ਬਣਾਉਣ ਜੋਗੇ ਨਹੀਂ ਨਾ ਖਾਣ ਜੋਗੇ ਨੇ ਪਕੌੜੇ ਜੋਗੇ ਨੇ ਇਹ ਮਰ ਕੇ ਪਕੌੜੇ ਹੀ ਨੇ ਅਸੀਂ ਉੱਥੇ ਵਾੜੀ ਕਰਦੇ ਹਾਂ ਮੈਂ ਮੁੰਡੇ ਆਪਣੀ ਰੋਟੀ ਖੜੀ ਇੰਨੀ ਕੁ ਇੰਨਾ ਘਿਓ ਵਾ ਪਾਇਆ ਕੋਈ ਪਾ ਪਾਉਣ ਦੋ ਸ਼ੱਕ ਆਉਣਾ ਵਿੱਚ ਇੰਨੀ ਖੰਡ ਪਾਈ ਆਉਂਦਾ ਹੀ ਕਹਿੰਦਾ ਮੈਂ ਤਾਂ ਨਹੀਂ ਖਾਣਾ ਉਹ ਮੈਨੂੰ ਖਾਣਾ ਮੈਂ ਤੂੰ ਖਾਣਾ ਤੇ ਖਾਣਾ ਤੁਸੀਂ ਹਲੇ ਵੀ ਖਾ ਜਾਂਦੇ ਪਹੁੰਚਾ ਜਾਂਦੇ ਹੋ ਅਸੀਂ ਅਜੇ ਵੀ ਖਾ ਜਾਂਦੇ ਦੋ ਤਿੰਨ ਸਟਾਕ ਵਾਹ ਜੀ ਵਾਹ ਖਾਂਦੇ ਜੀ ਰਹੇ ਹਾਂ ਨਵੇਂ ਬੰਦੇ ਕੀ ਖਾਣਾ ਵਾਹ ਤੇ ਹੈ ਤੁਹਾਡੀ ਕਿੰਨੀ ਕੁ ਉਮਰ ਹੋਣੀ ਹੈ ਹੋਣੀ ਕਿ 85 ਸਾਲ ਜਿਆਦਾ ਖਾਈ ਵਾਹੀ ਰੋਜ਼ਾ ਰੱਖੇ ਵਾੜੀ ਕਰਦੇ ਰਹੇ ਹਾਂ ਉਮਰ ਕਿੰਨੀ ਕੁ ਹੋਣੀ ਤੁਹਾਡੀ 85 ਸਾਲ ਹੋਣੀ ਹੈ ਹਾਂ ਜੀ ਕਿ ਹੋਣੀ ਤੇ ਅਸੀਂ ਆ ਬਾਈ ਹੁਣ ਸੀ ਵਾੜੀ ਕਰਦੇ ਹਾਂ ਸਾਡੇ ਰੋਜ਼ਾ ਵੀ ਰੱਖੇ ਹਾਲ ਵੀ ਵੱਧਦੇ ਰਹੇ ਹਾਂ ਪੱਟੀ ਬੁਝਦੇ ਹਾਂ ਚੌਕੇ ਗਏ ਵੀ ਬਾਹਰ ਹਲਵਾ ਆਇਆ ਤੂੰ ਆਪਣੀ ਹੱਥੀ ਥੋੜ੍ਹਾ ਹਾਂ ਤਾਰਿਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਲੋਕਾਂ ਮੋਬਾਈਲ ਬਣੇ ਬਸੇ ਬੰਦੇ ਅੱਛਾ ਉਦੋਂ ਮੋਬਾਈਲ ਨਹੀਂ ਸੀ ਹੁੰਦਾ ਮੁਗਲ ਤਾਂ ਪਤਾ ਹੀ ਨਹੀਂ ਜਾਂ ਖੜਾ ਮਾਹੌਲ ਵੀ ਯਾਦ ਰਹਿਣਾ ਜਿਹਾ ਬਾਗ ਦੇ ਦੇਣਾ ਤੇ ਰੋਟੀ ਪਿੱਛੇ ਜਾਣੀ ਕਹਿੰਦੀ ਕਾਹ ਦੇਣਾ ਰੋਟੀ ਬਿਨ ਜ਼ਿਆਦਾ ਦਮ ਆ ਜਾਣਾ ਪਰੌਂਠਾ ਹੁੰਦਾ ਸੀ ਹੈ ਉਹ ਤਿੰਨਾਂ ਰੋਟੀਆਂ ਆਟਾ ਦਾ ਚੌਂਦਾ ਲੱਗਾ ਹੁੰਦਾ ਸੀ ਡਾਲਟਾ ਦੇਸੀ ਨਾਲ ਲੱਸੀ ਹੋਣੀ ਨਾਲ ਸੱਕਰ ਹੋਣੀ ਚਾਰ ਹੋਣੀ ਉਹ ਇੱਕ ਰੋਟੀ ਖਾ ਲਈ ਮੈਂ ਸਾਰਾ ਦਿਨ ਬੰਦਾ ਕੰਮ ਕਰ ਸਕਦਾ ਨਹੀਂ ਤਾਂ ਉੱਥੇ ਤੁਸੀਂ ਬੈਠੇ ਹੁੰਦੇ ਤਾਂ ਹੱਥ ਕਿੱਥੇ ਧੋਂਦੇ ਹੁੰਦੇ ਘੱਟੇ ਮਿੱਟੀ ਵਾਲੇ ਹੱਥ ਬਥੇਰਾ ਸੀ ਪਾਣੀ ਉਹਦਾ ਤਾਂ ਡੇ ਕੇ ਇੱਥੇ ਮਾਰਿਆ ਸੀ ਸਾਨੂੰ ਬਰਾਬਰ ਦਿੱਤੀ ਖੁੱਲ੍ਹਾ ਪਹਾੜੀ ਪਹਾੜੀ ਜਿੰਨਾ ਮਰਜ਼ੀ ਹੈ ਅਤੇ ਟਰੈਕਟਰ ਤਾਂ ਨਹੀਂ ਹੁੰਦਾ ਉਦੋਂ ਨਹੀਂ ਉਦੋਂ ਟਰੈਕਟਰ ਚੁੱਕ ਕੇ ਇੱਥੇ ਪਾਣੀ ਚਾਲੂ ਹੋਇਆ ਇੱਥੇ ਬਿਆ ਡੁੰਮੀ ਜੀ ਅੱਛਾ ਅੱਛਾ ਇਹ ਪਾਣੀ ਆਉਂਦਾ ਸੀ ਇਹ ਡੇਕਦਾ ਹੀ ਤੇ ਜੰਗਲਾਤ ਚਾਚਾ ਬੜੇ ਹੁੰਦੇ ਹਨ ਡੇਕ ਦੇ ਕਿਨਾਰੇ ਹੁੰਦੇ ਹੈ ਨਹੀਂ ਅੱਗੇ ਬੜੇ ਹੁੰਦੇ ਵੱਡੇ ਵੱਡੇ ਸਜਾਦੇ ਤੱਕ ਤੇਰਾ ਪਲਾ ਹੋ ਜੇ ਸਜਾਦੇ ਵੀ ਹੈ ਉੱਥੇ ਆ ਭਾਗਦਾ ਵਾ ਵੀ ਆਹ ਯਾਰ ਜੰਗਲ ਵੀ ਭਾਗਦਾ ਆਹ ਯਾਰ ਚਰਿੰਦ ਦਾ ਅੱਛਾ ਅੱਛਾ ਉਹ ਹੁਣ ਬਹੁਤ ਪੁੱਟ ਕਰਦਾ ਪਰਾ ਵੀ ਖਾਦਾ ਸੀ ਤੁਹਾਡੇ ਪਿੰਡ ਦਾ ਕੋਈ ਨਹੀਂ ਨਹੀਂ ਸਾਡੇ ਪਿੰਡ ਉਹ ਜਿਹੜੀ ਜ਼ਮੀਨ ਸੀ ਨਾ ਜਦੋਂ ਸਿੱਖ ਗਏ ਨਾ ਅਤੇ ਫਿਰ ਘੁੰਮਦੇ ਨੇ ਉਹ ਕਬਜ਼ਾ ਕਰ ਲਿਆ ਸੀ ਉਹਦੇ ਤੇ ਬੂਟੇ ਲਵਾ ਤੇ ਅੱਛਾ ਜ਼ਮੀਨ ਸਿੱਖਾਂ ਦੀ ਅਸੀਂ ਨਹੀਂ ਸਿੱਖਾਂ ਦੀ ਅੱਗੋਂ ਫਿਰ ਜਿਹੜੀ ਲੱਗ ਗਈ ਉਹ ਮਾਜਰਾ ਨੂੰ ਰਾਟ ਹੋ ਗਈ ਜਿਹੜੇ ਜਾਸੀ ਮਾਜਰਾ ਤੋਂ ਆਏ ਹੈ ਐਸਾ ਹੋਇਆ ਤੁਹਾਡੇ ਪਿੰਡ ਕਿੰਨੇ ਕੁ ਆਏ ਸਾਡੇ ਮਾਜਰ ਕੋਈ ਨਹੀਂ ਘੱਟ ਸਾਡੇ ਤਾਂ ਉਹੀ ਸਨ ਪਿੰਡਾਂ ਦੀ ਫੈਮਿਲੀ ਜਗ੍ਹਾ ਦੇ ਜਿਹੜੇ ਪਿੰਡ ਉਹ ਮੇਂ ਗਾਂਦੇ ਉਹ ਕੱਪੜਾ ਆਉਣ ਦੇ ਜਿਹੜੇ ਆਏ ਹੋਣ ਜਿਹੜੇ ਆਏ ਸਨ ਨਹੀਂ ਜਿਹੜੇ ਇੱਥੇ ਹੁੰਦੇ ਆ ਅੱਛਾ ਉਹਨਾਂ ਦੇ ਪੈਲੀ ਪੂਲੀ ਕੋਈ ਨਹੀਂ ਸੀ ਮੇਂ ਗਾਂਦੇ ਸਿਰਫ ਪਿੰਡਾਂ ਦੀ ਪੈਲੀ ਸਿਰਫ ਪਿੰਡਾਂ ਦੀ ਸੀ ਹੋਰ ਇਸ ਪੈਲੀ ਨਹੀਂ ਉਹ ਦਲੀਪ ਸਿੰਘ ਹੋਰਾਂ ਦੀ ਆਹੋ ਉਹਨਾਂ ਵਿੱਚ ਨਹੀਂ ਗੱਲ ਕਰਦੇ ਉਹਨਾਂ ਦਾ ਰਕਬਾ ਆ ਬਾਬਾ ਰਕਬਾ ਉਹਨਾਂ ਦਾ ਖੂਸ਼ ਲੱਗਾ ਵਿੱਚ ਉਹ ਸਾਰਾ ਮਾਹ ਖੂ ਵੀ ਆ ਸੀ ਆ ਉਹ ਹੀ ਜਾਂਦੇ ਹਣਾ ਮਾਰ ਚੜਦੇ ਸੀ ਜਾਂ ਨਹੀਂ ਨਹੀਂ ਬਠ ਚਾ ਆ ਜੰਗਲ ਬਾ ਜੰਗਲ ਉਹਨਾਂ ਚ ਸੀ ਸਾਰੀ ਸਾਰਾ ਠੀਕ ਹੋ ਗਿਆ ਹਾਂ ਉਹ ਤਾਂ ਫਿਰ ਉਹ ਸਾਡੇ ਬਾਬਾ ਤਹਿਸੀਲਦਾਰ ਸੀ ਕੋਲ ਉਹ ਖਰੀਦ ਲਈ ਉਹਨਾਂ ਕੋਲੋਂ
ਆਨੇ ਤਹਿਸੀਲਦਾਰ ਵੀ ਹੁੰਦਾ ਸੀ ਤੁਹਾਡੇ ਇੱਥੇ? ਹਾਂ ਹਾਂ ਉਹਨੇ ਹੀ ਖਰੀਦੀ। ਕੀ ਨਾਂ ਸੀ ਉਹਦਾ? ਉਹਨਾਂ ਫਕੀਰੁੱਲਾ ਸੀ। ਫਕੀਰੁੱਲਾ ਤਹਿਸੀਲਦਾਰ? ਹਾਂ ਹਾਂ। ਉਹ ਮੁੰਡਾ ਉਹਦਾ ਗੁਆਸਪੀ ਸੀ, ਇੱਕ ਮੁੰਡਾ ਦਾ ਗਰਦੌਰ ਸੀ, ਵੱਡੀ ਫੈਮਿਲੀ ਸੀ, ਪੋਤਰਾ ਉਹਦਾ ਵਕੀਲ ਸੀ। ਹੈਂ ਅਤੇ ਉਹ ਇਹ ਉਹਨੇ ਫਿਰ ਖਰੀਦੇ ਉਸਨੇ ਮਰਦੇ।